ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਰੋਜ ਦੇ ਕੰਮ ਹੋ ਗਿਆ ਬਾਈ। ਹਾਂ ਥੈਂਕ ਯੂ ਥੈਂਕ ਯੂ। ਹੈ ਜੀ ਚਾਹ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਤੁਹਾਨੂੰ ਕੀ ਲੱਗਦਾ ਵੀ ਕੰਟੀਨ ਖੋਲ ਲਈ? ਨਾ 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 ਵੀਰੇ, ਕੰਟੀਨ ਨਹੀਂ ਖੋਲੀ। ਸੋ ਪ੍ਰੋਗਰਾਮ ਦਾ ਨਾਮ ਵੀ ਕੰਟੀਨੀ ਮੰਡੀਰ ਹੈ। ਸੋ ਅੱਜ ਆਪਾਂ ਚਾਹ ਵੇਚ ਰਹੇ ਹਾਂ, ਬਿਸਕੁਟ ਵੇਚ ਰਹੇ ਹਾਂ, ਬਹੁਤ ਸਵਾਦ ਆ ਰਿਹਾ ਜੀ। ਅਤੇ ਅੱਜ ਮੈਂ ਖੜਾ ਜੀ ਸਰਸਵਤੀ ਗਰੁੱਪ ਆਫ ਕਾਲਜਿਸ, ਜਿਹੜਾ ਕਿ ਘੜੂਆਂ ਦੇ ਵਿੱਚ ਪੈਂਦਾ, ਅਤੇ ਬਹੁਤ ਸੋਹਣਾ ਗਰਾਊਂਡ ਹੈ ਜੀ। ਪਿੱਛੇ ਦੇਖੋ ਮੁੰਡੇ ਵੀ ਖੜੇ ਆ, ਅਤੇ ਚਾਹ ਆਪਾਂ ਵੇਚ ਦੀ ਹੈ, ਬਿਸਕੁਟ ਵੀ ਖਵਾਤੇ ਆ। ਹੁਣ ਖਵਾ ਪਿਆ ਤਾਂ ਲਿਆ ਇਹਨਾਂ ਨੂੰ, ਹੁਣ ਆਪਾਂ ਗੱਲਾਂ ਬਾਤਾਂ ਵੀ ਕਰੀਏ, ਹੈ ਕਿ ਨਹੀਂ? ਚੱਲੀਏ ਫਿਰ, ਆ ਜਾਓ ਫਿਰ। ਸਤਿ ਸ਼੍ਰੀ ਅਕਾਲ ਜੀ। ਹੈ ਜੀ ਨਮਸਤੇ। ਅੱਛਾ ਨਮਸਤੇ ਵਾਲੇ ਤੁਸੀਂ, ਹੋਰ ਕੀ ਹਾਲ ਚਾਲ ਜੀ? ਹਾਂਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? HP। ਹੈ ਜੀ HP। ਹਿਮਾਚਲ ਪ੍ਰਦੇਸ਼ ਪੂਰਾ ਬੋਲੋ ਨਾ ਜੀ। ਸਮਝ ਤਾਂ ਆ ਗਿਆ ਨਾ? ਨਹੀਂ ਸਮਝ ਨਹੀਂ, ਤੁਸੀਂ ਸ਼ਾਰਟ ਫਾਰਮਾਂ 'ਚ ਆ ਗਏ ਜੀ। ਹੁਣ ਤਾਂ ਟੇਕ ਕੇਅਰ ਨੂੰ ਵੀ TC ਕਰ ਦਿੰਦੇ ਹੋ ਜੀ। ਹੈ ਜੀ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼, ਹਾਂ ਹੁਣ ਵਧੀਆ। ਦੇਖੋ ਜੀ ਕਿੰਨਾ ਸੋਹਣਾ, ਦੇਖੋ ਸੁਰਮਾ ਪਾਇਆ ਹੈ, ਸੂਟ ਪਾਇਆ। ਆਹ ਚੱਪਲਾਂ ਬਾਥਰੂਮ ਵਾਲੀਆਂ ਪਾਏ ਜੀ। ਮੈਂ ਨਾ ਹੌਸਟਲਰ ਹੂੰ ਤਾਂ ਮੈਂ ਨਜ਼ਦੀਕ। ਹਿਮਾਚਲ ਤੋਂ ਫਿਰ ਇੱਥੇ ਪੜ੍ਹਨ ਆ ਗਏ ਜੀ? ਹਾਂਜੀ। ਉੱਥੇ ਕਿਉਂ ਨਹੀਂ ਪੜ੍ਹੇ ਜੀ? ਠੰਡਾ ਮੌਸਮ ਹੈ, ਵਧੀਆ ਪਹਾੜ ਹੈ ਜੀ, ਸਾਰਾ ਪੰਜਾਬ ਉੱਧਰ ਨੂੰ ਜਾਂਦਾ। ਗਰਮੀ ਨਹੀਂ ਹੁੰਦੀ ਆਪ, ਗਰਮੀ ਤੋਂ ਗਰਮੀ। ਅੱਛਾ ਤੁਸੀਂ ਗਰਮੀ ਸੇਕਣ ਆਇਓ ਇੱਥੇ ਸਪੈਸ਼ਲ, ਫਿਰ ਬਾਹਰ ਧੁੱਪੇ ਬਹਿ ਫਿਰ, ਹੈਂ? ਨਾਲੇ ਗਰਮੀ ਲੈ ਨਾ, ਧੁੱਪੇ ਜਾ ਕੇ ਕਾਲੇ ਹੋ ਜਾਂਦੇ ਆ। ਧੁੱਪੇ ਜਾ ਕੇ ਕਾਲੇ ਹੋ ਜਾਂਦੇ ਆ। ਚਾਹ ਪੀਣਾ ਨਹੀਂ ਹੁੰਦੇ ਕਾਲੇ? ਚਾਹ ਮੈਨੇ ਪੀਣੀ। ਅੱਛਾ ਅੱਛਾ ਅੱਛਾ, ਉਹੀ ਰੱਖੀ ਹੈ। ਬਹੁਤ ਵਧੀਆ ਬਹੁਤ ਵਧੀਆ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਜੀ? ਵਧੀਆ ਜੀ। ਇਹ ਤੂੰ ਕਿਹਦੇ ਨਾਲ ਖੜਾ ਯਾਰ, ਇਹ ਤੰਗ ਨਹੀਂ ਕਰਦੀ? ਹਾਂਜੀ ਮੈਂ ਤਾਂ ਇੱਧਰ ਖੜਾ ਮੁੰਡੇ ਕੋਲੋਂ, ਤਾਂ ਵੈਸੇ ਉਹ ਖੜੀਆਂ ਸੀਗੀਆਂ। ਅੱਛਾ ਅੱਛਾ, ਮੁੰਡੇ ਕੋਲ ਖੜਾ ਤੂੰ? ਠੀਕ ਹੈ ਜੀ ਠੀਕ ਹੈ ਜੀ। ਅਤੇ ਹੋਰ ਸ਼ੌਂਕ ਕਾਹਦੇ ਆ ਬਾਈ? ਸ਼ੌਂਕ ਆਪਾਂ ਨੂੰ ਸਿੰਗਿੰਗ ਦਾ ਜੀ, ਗੀਤ ਗਾਉਣ ਦਾ। ਹਾਂਜੀ। ਸੁਣਾਓ ਜੀ ਫਿਰ। ਗੱਲ ਸੁਣ ਲੈ ਸ਼ਹਿਦ ਦੀਏ, ਪੁੜੀਏ ਨੀ ਤੈਨੂੰ ਹੁਸਨ ਕਹਿਰ ਦਾ ਚੜਿਆ ਏ, ਇਹ ਹੁਸਨ ਵਾਲੇ ਹੀ ਠੱਗਦੇ ਨੇ, ਮੈਂ ਵਿੱਚ ਕਿਤਾਬਾਂ ਪੜਿਆ ਏ, ਤੇਰੇ ਮਗਰ ਆਉਣ ਨੂੰ ਕੀ ਜਾਂਦਾ, ਮੈਂ ਵੀ 5-7 ਗੇੜੇ ਲਾ ਦੇਵਾਂ, ਤੂੰ ਹਾਂ ਵੀ ਆਪੇ ਕਹਿ ਦੇਣੀ, ਜੇ ਮੈਂ ਦਿਲ ਦੀਆਂ ਖੁੱਲ ਸੁਣਾ ਦੇਵਾਂ, ਬਸ ਸੂਰਤ ਵੇਖ ਕੇ ਡਰਦਾ ਹਾਂ, ਪਰ ਦਿਲ ਥੋੜਾ ਜਿਹਾ ਅੜਿਆ ਏ, ਗੱਲ ਸੁਣ ਲੈ ਖੈਰ ਦੀਏ, ਤੈਨੂੰ ਹੁਸਨ ਕਹਿਰ ਦਾ ਚੜਿਆ ਏ। ਘਰੇ ਵੀ ਮੇਜ਼ ਤੇ ਬਹਿ ਨਹੀਂ ਹੁੰਦੇ? ਹਾਂਜੀ। ਕੁਰਸੀਆਂ ਡਾਈਆਂ, ਕੁਰਸੀਆਂ ਤੇ ਬੈਠੋ ਜੀ। ਉਹ ਨਹੀਂ ਐਕਸਟਰਾ ਹੈ ਨਹੀਂ। ਐਕਸਟਰਾ ਦੇਖੋ, ਸਾਰੀਆਂ ਕੁੜੀਆਂ ਖੜੀਆਂ, ਤੂੰ ਇਕੱਲੀ ਬੈਠੀਆਂ। ਫਿਰ ਕੀ ਹੋ ਗਿਆ? ਵਧੀਆ ਸਪੈਸ਼ਲ ਦਿਖਣਾ ਚਾਹੀਦਾ ਨਾ। ਅੱਛਾ ਸਪੈਸ਼ਲ ਦੇਖਣਾ ਚਾਹੀਦਾ, ਠੀਕ ਹੈ ਠੀਕ ਹੈ। ਇੱਕ ਰੈਂਪ ਵਾਕ ਕਰੀਏ ਫਿਰ ਆਪਾਂ ਸਪੈਸ਼ਲ ਦੇਖਾ ਲਓ। ਆ ਬਹੁਤ ਗਲਤ ਗੱਲ, ਧੱਕਾ ਮਾਰਿਆ ਕੁੜੀ ਨੇ, ਏਦਾਂ ਨੀ। ਕੀ ਨਾਮ ਹੈ ਜੀ? ਹਰਪ੍ਰੀਤ ਕੌਰ। ਹਰਪ੍ਰੀਤ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਫਤਿਹਗੜ੍ਹ ਸਾਹਿਬ ਤੋਂ। ਫਤਿਹਗੜ੍ਹ ਸਾਹਿਬ ਤੋਂ? ਹਾਂਜੀ। ਤੁਹਾਡੇ ਸ਼ੌਂਕ ਕੀ ਹੈ ਜੀ? ਮੇਰਾ ਸ਼ੌਂਕ ਸਟਿਚਿੰਗ ਕਰਨਾ। ਸਟਿਚਿੰਗ ਕਰਨਾ? ਟੇਲਰ? ਟੇਲਰ, ਯੈਸ। ਅੱਛਾ, ਜੇ ਸੂਟ ਗਲਤ ਸੀਤਾ ਜਾਏ ਫਿਰ? ਨਹੀਂ ਸੀਤਾ ਜਾ ਸਕਦਾ। ਪੱਕੀ ਗੱਲ ਹੈ ਜੀ? ਪੱਕੀ ਗੱਲ ਹੈ। ਸਪੋਜ਼ ਕਰੋ ਵੀ ਮੇਰਾ ਸੂਟ ਗਲਤ ਸੀਤਾ ਗਿਆ ਜੀ, ਮੈਂ ਕੁੜੀ ਹਾਂ। ਹਾਂਜੀ। ਠੀਕ ਹੈ? ਹਾਂਜੀ। ਹਰਪ੍ਰੀਤ। ਹਾਂਜੀ। ਦੰਦ ਕੱਢਦੀ ਰਹਿੰਦੀ ਹੈ ਸੂਟ, ਤੈਨੂੰ ਸੀ ਲੈਣੀ ਆ? ਨਹੀਂ ਜੀ, ਜਿਵੇਂ ਤੁਸੀਂ ਮੇਚਾ ਦਿੱਤਾ ਸੀ, ਮੈਂ ਤਾਂ ਉਦਾਂ ਹੀ ਸੀਤਾ। ਮੇਚਾ ਮੇਚਾ ਮੇਚਾ, ਤੈਨੂੰ ਕਿੰਨੀ ਵਾਰ ਕਿਹਾ ਐਨਕ ਦਾ ਨੰਬਰ ਬੰਦ ਕਰਾ ਲਾਉਣਾ? ਨਹੀਂ ਸੋ, ਮੇਰੇ ਭਾਣਜੀ ਦਾ ਵਿਆਹ ਮੈਂ ਕੀ ਕਰੂੰਗੀ? ਨਹੀਂ ਜੀ, ਇਹ ਤਾਂ ਫੈਸ਼ਨ ਹੈ। ਹੁਣ ਮੈਂ ਆ ਜਾਵਾਂ? ਨਾ ਚਲੇ ਜਾਓ ਜੀ, ਇਹ ਤਾਂ ਅੱਜ ਕੱਲ ਦਾ ਫੈਸ਼ਨ ਹੈ। ਫੈਸ਼ਨ ਹੈ ਫੈਸ਼ਨ ਹੈ ਫੈਸ਼ਨ, ਕੁੜੀਆਂ ਨੂੰ ਖਾ ਪਿਦਾਓ, ਮੈਂ ਗੁੱਡੀ ਹੋ ਗਈ ਉਹਨੂੰ, ਮੈਂ ਫੈਸ਼ਨ ਕਰਨ ਦੀ
ਮੈਂ ਜ਼ਿਆਦਾ ਫੈਸ਼ਨ ਕਰਦੀ ਆ ਜਵਾਨਾਂ ਨਾਲੋਂ। ਅੱਛਾ ਫਿਰ ਤੂੰ ਵੱਡੇ ਬੜੇ ਹੋ ਕੇ ਹੋਰ ਫੈਸ਼ਨ ਕਰੇਂਗੀ। ਨਹੀਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹੋ ਜੀ ਡੀਜੇ ਤੇ ਨੱਚਦੀ ਹੁੰਦੀ ਹੈ, ਡੀਜੇ ਤੇ ਗਾਣਾ ਲੱਗਾ ਹੁੰਦਾ, ਤੈਨੂੰ ਸੋਹਣਿਆ ਫੀਮ ਦੀ ਵਰਗੀ ਨੂੰ ਰੱਖੂ ਚਾਂਦੀ ਦੀ ਡੱਬੀ ਚ ਪਾ ਕੇ। ਇਹੋ ਜੀ ਚਾਂਦੀ ਦੀ ਡੱਬੀ ਛੱਡੋ, ਕਣਕ ਵਾਲੇ ਢੋਜਰੀ ਬਿਟਾਉਂਦੀ। ਹੋਰ ਸੁਣਾਓ। ਵਧੀਆ, ਤੁਸੀਂ ਸੁਣਾਓ। ਬਸ ਵਧੀਆ ਵਧੀਆ। ਕਿੱਥੋਂ ਬਿਲੋਂਗ ਕਰਦੇ ਹੋ? ਮਰਿੰਡੇ ਤੋਂ। ਮਰਿੰਡੇ ਤੋਂ। ਸ਼ੌਂਕ ਕੀ ਹੈ ਤੁਹਾਡੇ ਹੋਬੀਜ਼? ਡਰਾਈਵਿੰਗ। ਡਰਾਈਵਿੰਗ। ਸਪੋਜ਼ ਕਰੋ ਥੋੜੇ ਤੋਂ ਗੱਡੀ ਵੱਜ ਗਈ, ਤੁਹਾਡੀ ਗਲਤੀ ਹੈ, ਬਹੁਤ ਭੀੜ ਇਕੱਠੀ ਹੋ ਗਈ, ਤੁਸੀਂ ਮੇਰੇ ਤੇ ਇਲਜ਼ਾਮ ਪਾ ਰਹੇ ਹੋ ਵੀ ਨਹੀਂ ਗਲਤੀ ਤੇਰੀ ਹੈ, ਤੂੰ ਇਹ ਹੈ, ਤੂੰ ਉਹ ਹੈ, ਠੀਕ ਹੈ? ਹਾਂ ਤੈਨੂੰ ਦੱਸਦਾ ਨਹੀਂ ਤੂੰ ਕਿੱਦਾਂ ਗੱਡੀ ਚਲਾਉਂਦਾ ਪਿਆ। ਹਾਂ ਫੋਨ ਛੱਡ ਦੇ ਆਪਣਾ। ਉਹ ਮੋਟੋ ਜੀ ਸਟੀਅਰਿੰਗ ਤੇਰੇ ਨਾਲ ਲੱਗਾ, ਮਾਰਿਆ ਦੂਆ ਮੈਂ ਮਾਰਿਆ। ਮੋਟੋ ਨਹੀਂ ਕਹਿਣਾ, ਮੈਂ ਆਪਣੇ ਘਰ ਤੇ ਵਾਲਾ ਖਾਦੀ, ਤੇਰਾ ਕੁਝ ਨਹੀਂ ਖਾਦੀ। ਉਹ ਖਾਂਦੀ ਤਾਂ ਜਿਹਦਾ ਮਰਜ਼ੀ ਖਾ, ਗੱਡੀ ਕਿਉਂ ਮਾਰੀ ਮੇਰੇ 'ਚ? ਕੋਈ ਨਹੀਂ, ਜਾ ਕੇ ਆਪਣੇ ਬਾਪੂ ਨੂੰ ਕਹਿ ਰਹੀ ਬਥੇਰੀ ਜ਼ਮੀਨ ਹੁੰਦੀ ਤੁਹਾਡਾ ਕੋਲ, ਠੀਕ ਹੈ? ਤਾਂ ਤੁਹਾਡਾ ਕੀ ਮੁੜਨਾ ਉਧਰ ਨੂੰ ਇੰਡੀਕੇਟਰ ਇਹਨੂੰ ਦਿੱਤਾ ਤੂੰ? ਇੱਧਰ ਇੰਡੀਕੇਟਰ ਇੱਧਰ ਨੂੰ ਦਿੱਤਾ, ਤੈਨੂੰ ਦਿੱਤਾ ਨਹੀਂ ਪਿਆ। ਦਿਸਦਾ ਕੀ ਦੋਵੇਂ ਬਾਹਰ ਰੱਖੀ ਹੈ ਦੱਸ? ਪਾਰਕਿੰਗ ਲੇਟ ਚਲਾ ਰੱਖੀ ਤੂੰ ਤਾਂ? ਨਹੀਂ ਲਗਾਈ ਹੋਈ ਅੱਖਾਂ ਕੋਲ। ਘਰੇ ਲੜਦੀ ਹੁੰਦੀ ਤੂੰ? ਹਨਾ ਲੜਦੀ ਹੈ ਨਾ, ਪਤਾ ਲੱਗਦਾ। ਲੱਗ ਗਿਆ ਪਤਾ ਨਹੀਂ ਲੜਦੀ ਹੈ, ਜਿਹੜਾ ਵਿਆਹ ਗਿਆ ਉਹਦਾ ਕੀ ਹਾਲ ਹੋਊਗਾ? ਉਹਦੇ ਨਾਲ ਨਹੀਂ ਲੜਦੀ। ਉਹਦੇ ਨਾਲ ਨਹੀਂ ਲੜਦੀ, ਨਾ ਤੂੰ ਮੈਨੂੰ ਲੱਗਦਾ ਐਂ ਹੀ ਰੱਖਣਾ ਬਸ ਉਹਦੀ ਧੌਣ ਤੇ। ਬਹੁਤ ਵਧੀਆ ਲੱਗਿਆ ਗੱਲ ਕਰਕੇ, ਥੈਂਕ ਯੂ ਸੋ ਮਚ। ਹਾਂਜੀ ਹਾਂਜੀ, ਕਿੱਦਾਂ ਜੀ? ਠੀਕ ਹੈ। ਮੈਂ ਸ਼ੌਂਕ ਕਰੇ ਜੀ ਪੇਂਟਿੰਗ, ਡਾਂਸਿੰਗ, ਸਿੰਗਿੰਗ। ਡਾਂਸਿੰਗ ਨੱਚ ਕੇ ਦਿਖਾਓਗੇ? ਮੈਂ ਸਿਖਾ ਸਕਦੀ ਹਾਂ, ਮੈਂ ਕਰ। ਹਾਂ ਸਿਖਾਓ, ਮੈਨੂੰ ਸਿਖਾਓ। ਕਰੀ 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 ਮਾਮਾ ਜੀ, ਕਰੀ ਕਰੀ ਕੋਰ ਕੋਰ, ਬਹੁਤ ਵਧੀਆ ਵਰਦੀ ਯਾਰ ਤੂੰ, ਬਹੁਤ ਕਰੀ 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 ਚੜ੍ਹਦੀ ਜਵਾਨੀ ਤੇਰਾ ਗੋਰਾ ਗੋਰਾ ਰੰਗ ਨੀ, ਗੋਰਾ ਗੋਰਾ ਰੰਗ ਕਰੇ ਮਿੱਤਰਾਂ ਨੂੰ ਤੰਗ ਨੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਖਰੜ ਤੋਂ ਬਿਲੋਂਗ ਕਰਦਾ ਜੀ। ਤੇ ਹੋਬੀਜ਼ ਕਾਹਦੀਆਂ ਵੀਰੇ? ਸ਼ੌਂਕ ਕ੍ਰਿਕਟ। ਹੁਣ ਗੀਤ ਗਾਤ ਉੱਧਰ ਵੀ ਹੈਗਾ ਕਲਾਕਾਰਾਂ ਵਾਲਾ, ਤੁਸੀਂ ਲਿਬਾਸ ਪਾਇਆ ਕੁੜਤਾ ਪਜਾਮਾ ਜੱਚ ਰਿਹਾ ਵੈਸੇ। ਥੈਂਕ ਯੂ ਭਾਈ। ਤੇ ਸੁਣਾਓ ਜੀ ਫਿਰ ਗੀਤ। ਮੰਨਿਆ ਵਿੱਚ ਪਰਦੇਸਾਂ ਆਇਆ, ਮੈਂ ਨੀ ਭੁੱਲਿਆ ਪਿਆਰ ਤੇਰਾ, ਰੋਜ਼ ਰਵਾਵੇ ਸੀਨੇ ਲਾਵੇ ਔਖਾ ਏ ਸੰਸਾਰ ਮੇਰਾ, ਵਿਕਦੇ ਜੇਕਰ ਖੇਤ ਨਾ ਸਾਡੇ, ਵਿਕਦੇ ਜੇ ਕਰ ਖੇਤ ਨਾ ਸਾਡੇ, ਹੁੰਦਾ ਮੌਜਾਂ ਮਾਣਦਾ ਅੱਜ ਵੀ ਚੇਤਾ ਆਉਂਦਾ ਏ, ਮਾਂ ਮੈਨੂੰ ਤੇਰੇ ਪਿਆਰ ਦਾ ਅੱਜ ਵੀ ਚੇਤੇ ਆਉਂਦਾ, ਮਾਂ ਮੈਨੂੰ ਤੇਰੇ ਪਿਆਰ ਦਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਦਾਂ ਜੀ? ਵਧੀਆ ਜੀ। ਐਂ ਲੱਗਦਾ ਕੰਟੀਨ ਤੇਰੀ ਹੋਈ ਹੈ। ਕੋਈ ਨਾ ਜੀ, ਹੋ ਜੂਗੀ ਉਹ ਵੀ। ਅੱਛਾ ਗੱਲ ਇੱਦਾਂ, ਫੜੋ ਮਾਈਕ ਫੜੋ ਜੀ, ਤੁਸੀਂ ਨਵੀਂ ਫਰੈਂਡ ਲੱਭੀ, ਖਾਣ ਪੀਣ ਚੱਲੇ ਉਹਦੇ ਨਾਲ, ਤੇ ਤੁਹਾਡੇ ਕੋਲ ਰੁਪਈਆ ਜੇਬ 'ਚ 100 ਹੀ ਹੈ, ਉਹ ਧੜਾ ਧੜ ਮੰਗਾਈ ਜਾਂਦੀ ਹੈ ਵੀ ਨਹੀਂ ਇਹ ਵੀ ਖਾਣਾ ਹੈ, ਉਹ ਵੀ ਖਾਣਾ ਹੈਗੇ ਨੀ, ਹੁਣ ਤੂੰ ਟਾਲਣਾ ਹੈ ਕੁੜੀ ਨੂੰ, ਤੇਰਾ ਨਾਂ ਕੀ ਹੈ ਬਾਈ? ਰਾਮਦਾਸ। ਰਾਮਦਾਸ, ਆਹ ਕਿਆ ਨਾਂ, ਹਾਏ ਰਾਮ। ਰਾਮ, ਆਈ ਨੀਡ ਦੈਟ ਪੀਜ਼ਾ ਨੌਨ ਵੈਜ ਚਿਕਨ ਵਾਲਾ, ਖਿਲਾ ਦਿਓ ਪਲੀਜ਼। ਨੋ ਨੋ, ਆਈ ਡੋਂਟ ਲਾਈਕ ਨੌਨ ਪੀਜ਼ਾ, ਨੌਨ ਬਟ ਆਈ ਨੌਨ ਵੈਜ। ਅਰੇ ਤੂੰ ਇੰਗਲਿਸ਼ ਕਾ ਬੋਲਨੇ ਲੱਗ ਪੜੇ, ਅਰੇ ਤੂੰ ਤਾਂ ਲੱਲੂ ਸੇ ਥੇ ਯਾਰ, ਅਰੇ ਕਮਾਲ ਕਰਦੀ ਰਾਮ, ਬੜੇ ਨਟਖਟ ਹੋ ਗਏ। ਖਿਲਾ ਦੇ ਨਾ ਮੇਰਾ ਕਿਊਟ ਸਾ ਛੋਟਾ ਹਾਥੀ। ਨੋ ਬੇਬੀ, ਮੈਂ ਪਾਪਾ ਕੋ ਕਹਿ ਕੇ ਆਈ ਥੀ ਕਿ ਰਾਮ ਕੇ ਪਾਸ ਜਾ ਰਹੀ ਹੂੰ। ਰਾਮ ਤੂੰ ਮੁਝੇ ਐਸੇ ਹੀ ਬਗਾ ਦੋ ਗਿਆ, ਆਪ ਤੋ ਖਾ ਖਾ ਕਰ ਦੇਖੋ ਜੀ ਕਿਆ ਕਿਆ ਹੋਇਆ, ਆਪਣੀ ਤੋ ਤੁਮਨੇ ਟੁਨ ਟੁਨ ਨਿਕਾਲੀ ਹੋਈ ਹੈ। ਕੋਈ ਚੱਕਰ ਨਹੀਂ, ਬਹੁਤ ਦਿਨ ਕਾ ਗੱਲ ਕਰਕੇ, ਇਹਨੂੰ ਬੁਲਾਓ ਜੀ, ਇਹਨੂੰ ਬੁਲਾਓ ਜਿਹੜੀ ਕਹਿ ਰਹੀ ਓ ਮਾਈ ਗੋਡ, ਆਓ 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 ਆਓ।
ਆ ਲੈ ਵੀ ਚਸ਼ਮਾ ਉਹ ਬਿੱਲਿਆਂ ਨੇ ਭੰਗੜਾ ਪਾਇਆ ਆਏ ਹਾਏ ਉਹ ਲਾ ਕੇ ਚੂਹੀ ਨੇ ਜਦੋਂ ਚਸ਼ਮਾ ਲਾਇਆ ਕੀ ਹਾਲ ਚਾਲ ਜੀ ਯੂ ਆਰ ਵੈਰੀ ਫਾਈਨ ਵੈਰੀ ਫਾਈਨ ਯੂ ਹਾਂਜੀ ਵਟ ਆਰ ਯੂ ਅੱਛਾ ਅੰਗਰੇਜ਼ੀ ਬੋਲਦੇ ਹੋ ਤੁਸੀਂ ਨਹੀਂ ਜੀ ਤੁਸੀਂ ਦੱਸੋ ਕਿੱਦਾਂ ਐਦਾਂ ਐਵੇਂ ਮਾਈਕ ਫੜੋ ਆਪਾਂ ਐਕਟ ਕਰਦੇ ਹਾਂ ਨੋ ਪਲੀਜ਼ ਤੁਸੀਂ ਕਿਸੇ ਹੋਰ ਨਾਲ ਕਰ ਲਿਓ ਨਾ ਨਾ ਮੈਂ ਤਾਂ ਇੰਨਾ ਕਰੂੰਗਾ ਨੋ ਮੇਰੇ ਨਾਲ ਨਹੀਂ ਨੋ ਪਲੀਜ਼ ਪਲੀਜ਼ ਓਕੇ ਯਾ ਓਕੇ ਨਾ ਘਰੇ ਕਰਦੀ ਮਨ ਤਾਂ ਜਾਂਦੀ ਹੈ ਮੈਂ ਵੇਚਣੀ ਜੀ ਦਾਲ ਤੁਸੀਂ ਹਨਾ ਸਮਝ ਗਏ ਵੀ ਇਹ ਤੰਗ ਕਰ ਰਿਹਾ ਤੁਸੀਂ ਮੈਨੂੰ ਭਜਾਉਣਾ ਕਿਵੇਂ ਕਹੋਗੇ ਠੀਕ ਹੈ ਜੀ ਦਾਲ ਦਾਲ ਦਾ ਕਰਾਰੀ ਕਰਾਰੀ ਦਾਲ ਕਰਾਰੀ 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 ਦਾਲ ਨਹੀਂ ਨਹੀਂ ਤੁਸੀਂ ਉਧਰ ਹੋ ਜਾ ਨਾ ਕਰਾਰੀ ਦਾਲ 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 ਪਲੀਜ਼ ਮੈਂ ਦਾਲ 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 ਅਰੇ ਨੀਂਦ ਮੈਨੂੰ ਨਹੀਂ ਚਾਹੀਦੀ ਦਾਲ ਲਓ ਜੀ ਨੋ ਥੈਂਕ ਯੂ ਮੈਂ ਕਰਾਰੀ 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 ਨਾ ਨਾ ਕਰਾਰੀ ਨੀਂਦ ਦਾਲ ਨੋ ਆਈ ਡੋਨਟ ਦਾਲ ਦਾਲ ਨਹੀਂ ਥੈਂਕ ਯੂ ਕਰਾਰੀ ਦਾਲ ਥੈਂਕ ਯੂ ਬਸ ਦਾਲ ਇਨ ਜ਼ੁਲਫੋਂ ਨੇ ਕਈਆਂ ਕੇ ਉਡਾਏ ਹੋਣਗੇ ਹੋਸ਼ ਇਨ ਜ਼ੁਲਫੋਂ ਨੇ ਕਈਆਂ ਕੇ ਉਡਾਏ ਹੋਣਗੇ ਹੋਸ਼ ਤਾਂ ਹੀ ਮਗਰ ਫਿਰਦੇ ਨੇ ਇਹੋ ਜਿਹੇ ਖਰਗੋਸ਼ ਇਹੋ ਜਿਹੇ ਨਹੀਂ ਘੁੰਮਦੇ ਆ ਠੀਕ ਹੈ ਇਹੋ ਜਿਹੇ ਘੁੰਮਦੇ ਮਤਲਬ ਇਹ ਵਧੀਆ ਸੋਹਣੇ ਨਹੀਂ ਹੈਗੇ ਬਿਲਕੁਲ ਵੀ ਸੋਹਣੀ ਤੂੰ ਵੀ ਨਹੀਂ ਹੈਗੀ ਹਾਂ ਕੋਈ ਨਹੀਂ ਸੱਚ ਨਹੀਂ ਹੈਗੀ ਉਹਨੇ ਤਾਂ ਹੈ ਹੋਰ ਸੁਣਾਓ ਕਿੱਥੋਂ ਬਿਲੋਂਗ ਕਰਦੇ ਹੋ ਨੰਗਲਾ ਗੀਤ ਆਉਂਦਾ ਜੀ ਹੋ ਟੱਪੀ ਸੋਹਣੇ ਵੇਨੋ ਦਿਨ ਹੋ ਗਏ ਚਾਰ ਮੁੰਡੇ ਆਣ ਪਿੱਛੇ ਘੁੰਮਦੀ ਆ ਪਹਿਲੀਆਂ ਦੀ ਡਾਰ ਮੁੰਡੇ ਆ ਮੈਨੂੰ ਵੇਖਦੇ ਮੁੰਡੇ ਕਹਿੰਦੇ ਨੇ ਨਿੱਤ ਸਹਿਣ ਤਾਂ ਨਾਲ ਬੁਲਾ ਕੇ ਉਹ ਮੈਨੂੰ ਸੋਹਣੇ ਆ ਫੀਮ ਦੇ ਵਰਗੀ ਨੂੰ ਨੀ ਰੱਖੀ ਚਾਂਦੀ ਦੀ ਡੱਬੀ ਦੇ ਵਿੱਚ ਪਾ ਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਵੀਰੇ ਚਿਰਾਗ ਵਰਮਾ ਸ਼ੌਂਕ ਆ ਜੀ ਸ਼ੌਂਕ ਹੈਗਾ ਜੀ ਡਾਂਸ ਡਾਂਸ ਕਰ ਦੋ ਓਕੇ ਸਵਾਗਤ ਹੈ ਜੀ ਕੰਟੀਨੀ ਮੰਡੀਰ ਦੇ ਵਿੱਚ ਤੇ ਬਹੁਤ ਰੌਣਕਾਂ ਲੱਗੀਆਂ ਹੋਈਆਂ ਨੇ ਜੀ ਅੱਜ ਸਰਸਵਤੀ ਗਰੁੱਪ ਆਫ ਕਾਲਜਿਸ ਘੜੂਆਂ ਦੇ ਵਿੱਚ ਤੇ ਹੁਣ ਆਪਾਂ ਅੰਦਰ ਆ ਗਏ ਪਹਿਲਾਂ ਕੰਟੀਨ ਦੇ ਵਿੱਚ ਸੀਗੇ ਹੁਣ ਮੈਂ ਕਿਹਾ ਹਾਲ ਦੇ ਵੀ ਦਰਸ਼ਨ ਕਰ ਲਈਏ ਤੇ ਦਰਸ਼ਨ ਇਹਨਾਂ ਦੇ ਵੀ ਕਰ ਲਈਏ ਆਜੋ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਜੀ ਬੜੀਆ ਆਪ ਬਤਾਓ ਅੱਛਾ ਆਪ ਹਿੰਦੀ ਮੇ ਸ਼ੁਰੂ ਹੋ ਗਏ ਹੈ ਮੈਂ ਹਿੰਦੀ ਬੋਲਦੀ ਹਾਂ ਮਾਰੀ ਹਿੰਦੀ ਤਾਂ ਥੋੜੀ ਗੱਬੀ ਹੈ ਕੋਈ ਬਾਤ ਨਹੀਂ ਚੱਲੇਗਾ ਪਰ ਫਿਰ ਮੈਂ ਹਿੰਦੀ ਬੋਲਦਾ ਹਾਂ ਕੋਈ ਚੱਕਰ ਨਹੀਂ ਹਨਾ ਨਹੀਂ ਮੈਂ ਸਮਝ ਲੂੰਗੀ ਇਦਾਂ ਵੀ ਤੁਸੀਂ ਤੁਹਾਨੂੰ ਪੈਸੇ ਦੀ ਲੋੜ ਪੈਗੀ ਸਪੋਜ਼ ਕਰੋ ਹਨਾ ਜੀ ਤੁਹਾਡੀ ਪਾਕਟ ਮਨੀ ਜਿਹੜੀ ਸੀਗੀ ਉਹ ਖਰਚ ਹੋ ਗਈ ਤੇ ਪਹਿਲਾਂ ਵੀ ਤੁਸੀਂ ਕਾਫੀ ਖਰਚੇ ਕਰਵਾ ਰਹੇ ਹੋ ਆਪਣੇ ਫਰੈਂਡ ਦੇ ਹੁਣ ਤੁਸੀਂ ਫਿਰ ਫਰੈਂਡ ਨੂੰ ਫੋਨ ਕਰਨਾ ਵੀ ਔਰ ਪੈਸੇ ਚਾਹੀਏ ਮੇਰੇ ਤੋਂ ਪੂਰਾ ਜ਼ੋਰ ਲਾ ਲੈਣਾ ਕੋਈ ਚੱਕਰ ਨਹੀਂ ਠੀਕ ਹੈ ਜੀ ਇਹ ਤਾਂ ਫਿਰ ਫੋਨ ਆ ਗਿਆ ਇਹ ਪੈਸੇ ਦੇਣੇ ਹੋਣੇ ਮੈਨੂੰ ਲੱਗਦਾ ਨੇ ਪੁਰਾਣੇ ਪੈਸੇ ਦੇਣੇ ਹੋਣੇ ਆ ਹੈਲੋ ਹੈਲੋ ਹਾਂਜੀ ਐਕਚੁਅਲੀ ਨਾ ਮੇਰੇ ਪਾਸ ਨਾ ਤੂੰ ਆਰਾਮ ਨਾਲ ਦੇ ਦੀ ਪੈਸੇ ਕੋਈ ਚੱਕਰ ਨਹੀਂ 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 ਮੈਂ ਤੁਹਾਨੂੰ ਯਾਦ ਦਿਲਾਣਾ ਥਾ ਕਿ ਤੁਮਨੇ ਮੈਨੂੰ ਪੈਸੇ ਦੇਣੇ ਥੇ ਨਾ ਅਰਾਊਂਡ 5000 ਫੇਰ ਦੇਣੇ ਪੈਸੇ ਮੈਂ ਨਹੀਂ ਨਹੀਂ ਮੈਂ ਤੁਹਾਨੂੰ ਯਾਦ ਦਿਲਾ ਰਹੀ ਹਾਂ ਕਿ ਤੁਮਨੇ ਮੇਰੇ ਦੇਣੇ ਥੇ ਤੁਮਨੇ ਲੀਏ ਥੇ ਨਾ ਪਿਛਲੇ ਸਾਲ ਯਾਰ ਤੂੰ ਪਰਸੋਂ ਮੇਰੇ ਤੋਂ 4000 ਰੁਪਏ ਲਏ ਐ ਘੋੜੇ ਦੀ ਪੂਛ ਭਰ ਕੇ ਤੂੰ ਬਾਲ ਕਰਾਏ ਐ ਹੈ ਤੂੰ ਮੇਰੇ ਉਹ ਦੇ ਜੇ ਪਹਿਲਾਂ ਬਹੁਤ ਤੋਂ ਉਸਸੇ ਪਿਛਲੇ ਸਾਲ ਬਟ ਜੋ ਪਿਛਲੇ ਸਾਲ ਤੁਮਨੇ ਸ਼ਾਪਿੰਗ ਕਰੀ ਥੀ ਨਾ ਉਸਕੇ ਮੰਗ ਰਹੀ ਹੂੰ ਇਸ ਟਾਈਮ ਮੈਨੂੰ ਚਾਹੀਏ ਹੈ ਹੈਲੋ ਹਾਂ ਸੁਣ ਰਹੇ ਹੋ ਆਪ ਕਿਉਂ ਸੁਨੇਗਾ ਭੋਲੀ ਗੱਲ ਸੁਣ ਮੇਰੀ ਬਾਤ ਸੁਣ ਬੋਲੀ ਬੋਲੀ ਮੈਂ ਫਿਰ ਤੋਂ ਪੈਸੇ ਲੈਣੇ ਐ ਅਰੇ ਨਹੀਂ ਨਹੀਂ ਯਾਰ ਯਾਦ ਕਰੋ ਆਪਨੇ ਲੈਣੇ ਐ ਸੋਰੀ ਆਪਨੇ ਦੇਣੇ ਪੈਸੇ ਲੈਣੇ ਐ ਓ ਮੈਂ ਯਹੀ ਤੋਂ ਕਹਿ ਰਹਾ ਹੂੰ ਮੈਂ ਯਹੀ ਤੋਂ ਕਹਿ ਰਹਾ ਹੂੰ ਬੋਲੀ ਮੇਰੇ ਪੈਸੇ ਲੈਣੇ ਐ ਤੂੰ ਆਰਾਮ ਸੇ ਮੈਂ ਅਕਾਊਂਟ ਨੰਬਰ ਆਪਕੋ WhatsApp ਕਰ ਦੇਤਾ ਹੂੰ ਆਪ ਮੁਝੇ ਦੇ ਦੇਣਾ ਥੈਂਕ ਯੂ ਬੋਲੀ ਥੈਂਕ ਯੂ ਟੇਕ ਕੇਅਰ ਬੋਲੀ ਹਲੋ ਸਿੰਘ ਹਾਂਜੀ ਓਕੇ ਬੂਹੀ ਬਾਰੀਆਂ ਤੇ ਨਾਲੇ ਕੰਧਾਂ ਟੱਪ ਕੇ ਬੂਹੀ ਬਾਰੀਆਂ ਹੈ ਤੇ ਨਾਲੇ ਕੰਧਾਂ ਟੱਪ ਕੇ ਮੈਂ ਆਵਾਂਗੀ ਹਵਾ ਬਣ ਕੇ ਬੂਹੇ ਬਾਰੀਆਂ
बारियां बाजिश के दी जित लूंगी सोनिया बाजिश के दी जित लूंगी सोनिया मैं रब तो दुआ मांग के बूहे बारियां हाय बूहे बारियां ਸ਼ਿੰਗਾਰ ਕੰਗਣਾ ਮੰਮੀ ਰੱਖੂ ਜੀ ਹਾਂ ਬੋਲੀਆਂ ਪਾਓ ਜੀ ਬੱਚੇ ਢੋਲ ਕੀ ਨਗਾਰਾ ਵੇ ਪਿੱਪੜੀ ਦੇ ਹੇਠਿਆ ਢੋਲ ਕੀ ਨਗਾਰਾ ਵੇ ਪਿੱਪੜੀ ਦੇ ਹੇਠ ਆ ਜਾ ਨੱਚੀਏ ਦਿਲਦਾਰਾ ਚੈਂਪੀਅਨ ਜਿਹਦੀਆਂ ਨਿੱਕੀਆਂ ਨਿੱਕੀਆਂ ਡੋਲੀਆਂ ਤੇ ਇੱਕ ਆਪਾਂ ਕੱਢੀਏ ਜੀ ਜਮਾਂ ਹੀ ਸਲਿਮ ਜੀ ਸੁੱਕੀ ਜੀ ਕੁੜੀ ਇੱਥੇ ਖੜੋ ਜੀ ਇੱਥੇ ਹੁਣ ਲੜਾਈ ਹੋਊਗੀ ਸ਼ਬਦਾਂ ਨਾਲ ਉਸ ਦਿਨ ਕਲਾਸ 'ਚ ਕੀ ਕਹਿੰਦੀ ਸੀ ਮੈਨੂੰ ਮੈਂ ਕਿਆ ਕਹਿ ਦਿਆ ਤੈਨੂੰ ਯਾਦ ਆਉਣਾ ਤੈਨੂੰ ਭੁੱਲ ਗਈ ਇੰਨਾ ਭੁਲੱਕਟ ਲੱਗਦੇ ਨਹੀਂ ਤੁਸੀਂ ਛੋਟੀ ਹੁੰਦੀ ਨੇ ਮੰਮੀ ਤੋਂ ਬੋਰਨਵੀਟਾ ਪਲਾਣਾ ਭੁੱਲ ਗਈ ਸੀ ਆ ਪਤਾ ਲੱਗਦਾ ਨਾ ਹੈਲਥ ਤੋਂ ਪਤਾ ਲੱਗਦਾ ਵੀ ਹਾਂ ਮੈਂ ਤੂੰ ਹੀ ਪੀਆ ਕਰ ਤੂੰ ਹੀ ਮੇਰੇ ਵਰਗੀ ਬਣ ਜਾਏਗੀ ਜੇ ਤੇਰੀ ਨਹੀਂ ਮੰਮੀ ਪਲਾਉਂਦੀ ਤਾਂ ਤੂੰ ਮੇਰੇ ਘਰੇ ਆ ਜਾ ਫਿਰ ਮੈਂ ਗੱਲ ਕਰਦਾ ਪਲਾਉਂਦੀ ਅਸੀਂ ਦਿਖਾਉਂਦੇ ਨਹੀਂ ਅਸੀਂ ਦਿਖਾਉਂਦੇ ਨਹੀਂ ਜ਼ੀਰੋ ਫਿਕਰ ਮੈਂ ਹਵਾ ਹਵਾ ਹੀ ਨਾ ਉੱਡ ਜਾਂਦੀਆਂ ਹੁੰਦੀਆਂ मुझे ये बताओ कि कौन कौन से टीचर आपको पढ़ाते हैं फेवरेट टीचर हरप्रीत मैम जगदीप मैम कुमकुम मैम गगन मैम कुमकुम कुमकुम मैम कुमकुम हां जी कुमकुम इन टीचर्स टीचर्स की एक्टिंग लगा के बताओ थोड़ी थोड़ी ठीक है जी सब तो पहले गड़े मैम आ रहे जी गगन मैम आ रहे हां जी गुड मॉर्निंग गुड मॉर्निंग आ की पाया वे दीदी नानू ने पता ही नहीं पाड़ा की है लेट आ जाओ कुछ नहीं होता तुम्हारी लाइफ खराब होनी है अटेंडेंस खराब होनी है उसके बाद किसी ने नहीं पूछना तुम्हें ठीक है लेट आते रहे कोई बात नहीं है फेसबुक में फोटो अपलोड करने के लिए तुम्हारे पास टाइम है लेकिन स्कूल में आने के लिए कॉलेज में आने के लिए तुम्हारे पास बिल्कुल टाइम नहीं है एक बात बता दूं मैं तुम्हें जितने लेट आना आ जाओ है ना हां जी अच्छा दीदी को बुलाओ दीदी जी ना छोटा काम ही नहीं लो जी काम नहीं मैम वाइस प्रिंसिपल जी दी एक्टिंग लगाओगे मॉर्निंग किधर से आ रहा तुम नहीं सीरियस सीरियस मैम मैं कैंटीन गई
एड़ा क्या करता उधर तुम? लड़कियों के साथ, लड़कों के साथ बैठता उधर? नहीं मैम, मैं एक्चुअली पेन लेने गई। पेन लेने का टाइम अब मिला था तुमको? हाँ जी मैम। क्यों, सुबह क्या कर रहा था जब आया था? क्या भूल गया था? इतना डफर है तुम लोग ना, पढ़ना तुमको आता नहीं, बस लड़कों के साथ घूमता है। लंडियां मार देन तड़ियां लब देन पाल देन हाण दीआं कुड़ियां। थैंक यू थैंक यू थैंक यू। सो तवा भी ला गए नाल। सो यह जी रैप कुड़ी का बहुत वधिया फन किया जी, एक्टिंग देखी, तो हूँ असं थोनों दिखाने जी बहुत घेंट जहा इस घेंट जे कॉलेज का डांस। हाँ जी ब्रेक तो बाद एक बार फिर थोड़ा निघा स्वागत है जी थोड़े अपने फेवरेट शो कंटीनी मंडीर दे विच। पूरा एंटरटेनमेंट, पूरा गा, पूरियां रौनकां लगी हुई ने जी। डांस तुसी दो देखे सीगे, बहुत वधिया सीगा, ते हुण असीं अपने इत्थों दे टीचर्स नाल गलबात करदे हां जी। कॉलेज दे बहुत सोहणे मैडम खड़े आ, पर इहनां नाल कोई गल नहीं करनी। आपां इहनां ने कहा मेरे से बात कोई नहीं करनी, कुछ नहीं पूछना। मैं कहा फिर जिद्दां कहणगे हणा आपां। सत श्री अकाल जी। सत श्री अकाल जी। की नाम है सर तुहाडा? रमनप्रीत है जी। रमन सर, हाँ जी। ते सर फिर मैरिड होए आ जी, तैयारी हुई ब्याह दी? नहीं जी नहीं, इह झंझट तों दूरे रहीदा। हाँ बहुत वधिया सर, इह झंझट सीगा, झंझट है, झंझट बहुत बड़ा जी, है काफी काफी वड्डा, नाले खर्चा 15-20 लाख दा बंदा झंझट ही लै लैंदा। देखो काफी के चले जांदे घर, ओह लोग तां चंगे भंगड़ा पाई जांदे आ, यार दोस्त ऐ भंगड़ा पाउंदे वी ओह फस गया, ओह फस गया, किद्दां? बिल्कुल सही गल। ते सर कॉलेज बारे दस्सो जी, किद्दां दा कॉलेज आ? ਕਾਲਜ ਜੀ ਸਰਸਵਤੀ ਗਰੁੱਪ ਆਫ ਕਾਲਜ ਜੀ, ਸਾਡਾ ਨਾਲ ਸਾਡਾ ਮੈਨੇਜਮੈਂਟ ਬਲੋਕ ਹੈ ਅਤੇ ਨਾਲ ਨਰਸਿੰਗ ਬਲੋਕ ਹੈ। ਓਕੇ ਜੀ ਓਕੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਫੀਲੀਏਸ਼ਨ ਹੈ ਜੀ, ਉੱਧਰ ਬਾਬਾ ਫਰੀਦ ਯੂਨੀਵਰਸਿਟੀ ਪਟਿਆਲਾ ਤੋਂ ਹੈ। ਓਕੇ ਜੀ ਓਕੇ। ਬੀ ਸੀ ਏ, ਐੱਮ ਬੀ ਏ, ਬੀ ਐੱਸ ਸੀ ਨਰਸਿੰਗ, ਏ ਐੱਨ ਐੱਮ, ਜੀ ਐੱਨ ਐੱਮ, ਸਾਰੇ ਕੋਰਸਿਸ ਹੈਗੇ ਜੀ। ਬਹੁਤ ਵਧੀਆ, ਵਧੀਆ ਚੱਲ ਰਹੀ ਲਾਈਫ? ਬਹੁਤ ਵਧੀਆ ਜੀ। ਅਤੇ ਮੈਂ ਕਹਿੰਦਾ ਤੁਸੀਂ ਵੀ ਸੁਣਾਓ ਜੀ ਕੁਛ। ਹਾਂਜੀ ਜੀ, ਸਾਡੇ ਟੀਚਰ ਨਾਲ ਅਸੀਂ ਬਹੁਤ ਵਧੀਆ ਟੱਪੇ ਪਾ ਲੈਂਦੇ ਹਾਂ ਜੀ। ਹਾਂਜੀ ਹਾਂਜੀ, ਪਾਓ ਜੀ, ਪਾਓ 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 ਪਾਓ। ਸਾਡੀ ਗਲੀ ਚੋਂ ਨਾ ਲੰਘ ਮੁੰਡਿਆ, ਸਾਡੀ ਗਲੀ ਚੋਂ ਨਾ ਲੰਘ ਮੁੰਡਿਆ, ਵੀਰ ਮੇਰੇ ਵੱਢ ਦੇਣਗੇ, ਵੀਰ ਮੇਰੇ ਵੱਢ ਦੇਣਗੇ, ਸਾਡੀ ਗਲੀ ਚੋਂ ਨਾ ਲੰਘ ਮੁੰਡਿਆ। ਸਾਨੂੰ ਟੇਡੀ ਟੇਡੀ ਤੱਕਦੀ ਤੂੰ, ਸਾਨੂੰ ਟੇਡੀ ਟੇਡੀ ਤੱਕਦੀ ਤੂੰ, ਗਲੀ ਸਰਕਾਰੀ ਏ, ਗਲੀ ਸਰਕਾਰੀ ਏ, ਸਾਨੂੰ ਰੋਕ ਨਾ ਸਕਦੀ ਤੂੰ, ਸਾਨੂੰ ਟੇਡੀ ਟੇਡੀ ਤੱਕਦੀ ਤੂੰ। ਤੈਨੂੰ ਬੰਦਾ ਮੈਂ ਬਣਾ ਦਿਉਂਗੀ, ਤੈਨੂੰ ਬੰਦਾ ਮੈਂ ਬਣਾ ਦਿਉਂਗੀ, ਸਾਲੀਆਂ ਮੈਂ ਥਾਣੇਦਾਰ ਦੇ ਹੱਥ ਲਵਾ ਦਊਂਗੀ, ਸਾਲੀਆਂ ਮੈਂ ਥਾਣੇਦਾਰ ਦੇ ਹੱਥ ਕੜੀਆਂ ਲਵਾ ਦਊਂਗੀ। ਹਾਰਾਂ ਦੀਆਂ ਤਿੰਨ ਲੜੀਆਂ, ਹਾਰਾਂ ਦੀਆਂ ਤਿੰਨ ਲੜੀਆਂ, ਉਹ ਤੇਰਾ ਖੇੜਾ ਨਹੀਂ ਓ ਛੱਡਣਾ, ਤੇਰਾ ਖੇੜਾ ਨਹੀਂ ਓ ਛੱਡਣਾ, ਭਾਵੇਂ ਲੱਗ ਜਾਣ ਹੱਥ ਕੜੀਆਂ। ਤੇਰੇ ਜੱਚ ਦੇ ਨਾ ਡੰਗ ਮੁੰਡਿਆ,
ਬੜਾ ਖੰਘਦਾ ਗਲੀ ਵਿੱਚ ਬੜਾ ਖੰਘਦਾ ਹੁਣ ਸਾਡੇ ਅੱਗੇ ਖੰਘ ਮੁੰਡਿਆ ਲਾਲ ਰੰਗ ਦੀ ਰਜਾਈ ਏ ਲਾਲ ਰੰਗ ਦੀ ਰਜਾਈ ਏ ਤੇਰੇ ਅੱਗੇ ਕੀ ਖੰਘੀਏ ਉਹ ਤੇਰੇ ਅੱਗੇ ਕੀ ਖੰਘੀਏ ਤੂੰ ਤਾਂ ਖੰਘ ਦੀ ਦਵਾਈ ਏ My name is Rubal Gill. Rubal Gill ji. ਤੇ ਮੈਡਮ ਗੱਲ ਇਦਾਂ ਵੀ ਅੱਗੇ ਨੂੰ ਆਉਂ ਥੋੜ੍ਹਾ ਜਿਹਾ ਤੁਹਾਡਾ ਕਿਤੇ ਰਿਸ਼ਤਾ ਹੋ ਰਿਹਾ ਸੀਗਾ ਜੀ ਵਧੀਆ ਸਾਰੀ ਗੱਲਬਾਤ ਹੋ ਗਈ ਘਰਦਿਆਂ ਦੀ ਵੀ ਸਾਰਾ ਚਲੋ ਠੀਕ ਹੈ ਤੁਹਾਡਾ ਵੀ ਵਧੀਆ ਲੱਗਿਆ ਉਹਨਾਂ ਨੂੰ ਉਹ ਫਿਰ ਜਦੋਂ ਐਂ ਨਹੀਂ ਕਹਿੰਦੇ ਹੁੰਦੇ ਵੀ ਚਲੋ ਦੋ ਮਿੰਟ ਗੱਲ ਕਰ ਲਓ ਉਹ ਗੱਲ ਕਰਨੀ ਹੈ ਜੀ ਹੁਣ ਤੁਹਾਨੂੰ ਪਰ ਕੋਈ ਮੁੰਡਾ ਹੋਰ ਪਸੰਦ ਹੈ ਤੁਸੀਂ ਮੁੰਡੇ ਨੂੰ ਡਰਾ ਦੇਣਾ ਚਾਹੋ ਵੀ ਤੂੰ ਜਿਹੜੇ ਦੋ ਮਿੰਟ ਹੈਗੇ ਨਾ ਉਹਨੂੰ ਸਹਿ ਦੇਣਾ ਵਿਚਾਰੇ ਨੂੰ ਠੀਕ ਹੈ ਜੀ ਉਹ ਮੁੰਡਾ ਹੈਗਾ ਜੀ ਮੈਂ ਹੁਣ ਘਰ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਤੁਸੀਂ ਤੁਸੀਂ ਫਿਰ ਹੁਣ ਮੈਨੂੰ ਦੇਖ ਤਾਂ ਲਿਆ ਹੀ ਆ ਕੀ ਸੋਚਿਆ ਫਿਰ ਲਾਈਕ ਬਾਏ ਲੁੱਕ ਕੀ ਸੋਚਿਆ ਤੁਸੀਂ ਮੈਨੂੰ ਤਾਂ ਠੀਕ ਲੱਗੀ ਜੀ ਬਾਕੀ ਤੁਸੀਂ ਦੱਸ ਦਿਓ ਕਿਵੇਂ ਅਬ ਲੁੱਕ ਤਾਂ ਹੁਣ ਸਾਰੇ ਦੀ ਮੈਟਰ ਨਹੀਂ ਕਰਦੀ ਅੱਜ ਕੱਲ ਅੰਡਰਸਟੈਂਡਿੰਗ ਬੌਂਡਿੰਗ ਮਸਟ ਆ ਹਨਾ ਹਾਂਜੀ ਵਾਟ ਅਬਾਊਟ ਗਰਲਫ੍ਰੈਂਡਸ ਕਿੰਨੇ ਕਿੰਨੇ ਹਾਂਜੀ ਗਰਲਫ੍ਰੈਂਡਸ ਸਹੇਲੀਆਂ ਕਿੰਨੀਆਂ ਤੋਬਾ ਤੋਬਾ ਐਵੇਂ ਕਿੱਦਾਂ ਹੋ ਸਕਦਾ ਅੱਜ ਕੱਲ ਹਰ ਇੱਕ ਦੀ ਗਰਲਫ੍ਰੈਂਡਸ ਹੈਗੀਆਂ ਨੇ ਹਨਾ ਤੁਹਾਡੇ ਕਿੰਨੇ ਜੀ ਬੁਆਏਫ੍ਰੈਂਡ ਮੇਰੇ ਪੇਰੈਂਟਸ ਮੇਰੇ ਲਈ ਮੁੰਡਾ ਦੇਖ ਰਹੇ ਹਨ ਦੈਟ ਮੀਨਸ ਮੇਰਾ ਕੋਈ ਬੁਆਏਫ੍ਰੈਂਡ ਨਹੀਂ ਹੈ ਰਾਈਟ ਫਿਰ ਮੇਰੇ ਘਰ ਦੇ ਵੀ ਕੁੜੀ ਵੀ ਦੇਖ ਰਹੀ ਹੈ ਜੀ ਫਿਰ ਨਹੀਂ ਹੈਗੀ ਬਟ ਬਹੁਤ ਡਿਫਰੈਂਸ ਹੈ ਮੁੰਡਿਆਂ ਦਾ ਔਰ ਕੁੜੀਆਂ ਦਾ ਲਾਈਕ ਡਿਫਰੈਂਸ ਨਹੀਂ ਮਤਲਬ ਕਿ ਤੁਸੀਂ ਮੁੰਡਾ ਹੀ ਲੱਭਣਾ ਨਾ ਜੀ ਹਾਂਜੀ 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 ਫਿਰ ਅਸੀਂ ਵੀ ਕੁੜੀ ਵੀ ਲੱਭਣੀ ਮੈਂ ਕਿਹੜਾ ਮੱਝ ਨਾ ਕਰਾਉਣਾ ਗਿਆ ਕੁੜੀ ਹੋਈ ਲੱਭਣਾ ਜੀ ਉਹੀ ਉਹੀ ਆਏ ਹੋਏ ਜੀ ਪੇਰੈਂਟਸ ਤੁਸੀਂ ਦੱਸ ਦਿਓ ਬਾਕੀ ਜੇ ਥੋੜੀਆਂ ਡਿਮਾਂਡਸ ਨੇ ਜਾਂ ਤੁਹਾਨੂੰ ਮੈਂ ਪਸੰਦ ਹੀ ਨਹੀਂ ਹੈਗਾ ਡਿਮਾਂਡਸ ਕੋਈ ਨਹੀਂ ਬਸ ਅੱਜ ਕੱਲ ਮੁੰਡੇ ਦੀ ਐਕਸਪੈਕਟੇਸ਼ਨ ਜ਼ਿਆਦਾ ਨੇ ਲਾਈਕ ਮਨੀ ਵੇਸਟੇਜ ਬਹੁਤ ਕਰਦੇ ਨੇ ਆਲਤੂ ਫਾਲਤੂ ਦੀ ਸੋ ਮੈਨੂੰ ਬਿਲਕੁਲ ਪਸੰਦ ਨਹੀਂ ਹੈ ਸ਼ਾਇਦ ਤੁਹਾਨੂੰ ਪਸੰਦ ਹੋਵੇ ਨਹੀਂ ਆਈ ਡੋਨਟ ਨੋ ਤੁਸੀਂ ਮੇਰੇ ਕੱਪੜਿਆਂ ਤੋਂ ਤੇ ਤੁਹਾਡੇ ਕੱਪੜੇ ਤੋਂ ਇਹ ਲੱਗ ਰਿਹਾ ਵੀ ਮਨੀ ਫਾਲਤੂ ਇੱਧਰ ਜ਼ਿਆਦਾ ਫਿਨਿਸ਼ 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 ਬਹੁਤ ਲੱਗੇ ਗੱਲ ਕਰਕੇ ਤੇ ਗਿੱਲ ਸਾਹਿਬ ਹੋਰ ਗੀਤ ਸੁਣਾਓਗੇ ਸਾਨੂੰ ਮੈਂ ਸੁਣਾਵਾਂ ਹਾਂਜੀ 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 ਸੱਜਣਾ ਵੇ ਅਜ਼ਮਾਨਾ ਮੈਨੂੰ ਕਾਲੀਆਂ ਰਾਤਾਂ ਵੀ ਮੈਂ ਹਾਂ ਵੀ ਨਹੀਂ ਹੋਣੀ ਕੀ ਨਾਮ ਹੈ ਤੁਹਾਡਾ ਪ੍ਰਭਜੋਤ ਕੌਰ ਪ੍ਰਭਜੋਤ ਕੌਰ ਕਿੱਥੋਂ ਬਿਲੋਂਗ ਕਰਦੇ ਹੋ ਜੀ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਠੀਕ ਹੈ ਠੀਕ ਹੈ ਠੀਕ ਹੈ ਇਹ ਕੀ ਚੀਜ਼ ਹੈ ਜੀ ਮੈਂ ਇਅਰਿੰਗਸ ਇਅਰਿੰਗਸ ਕੰਨ ਦੇ ਹਿਸਾਬ ਨਾਲ ਪਾਇਆ ਕਰੋ ਜੀ ਖਾਸੇ ਵੱਡੇ ਲਵਾ ਰੱਖੇ ਜੀ ਹਾਂਜੀ ਅੱਜ ਕੱਲ੍ਹ ਫੈਸ਼ਨ ਹੈ ਨਾ ਇਸ ਕਰਕੇ ਅੱਛਾ ਅੱਛਾ ਫਿਰ ਪੂਰਾ ਕੰਨ ਢੱਕ ਲਓ ਜੀ ਕੋਈ ਚੱਕਰ ਨਹੀਂ ਉਹ ਵੀ ਹੈਗੇ ਅੱਛਾ ਹੁਣ ਤੇ ਕੁੜੀਆਂ ਕੋਲ ਤਾਂ ਬਹੁਤ ਕੁਝ ਹੈ ਜੀ ਮੈਂ ਕਹਿੰਦਾ ਕੁਝ ਵੀ ਮੂੰਹ ਹੱਥ ਕੰਨ ਤੱਕ ਬਹੁਤ ਫੈਸ਼ਨ ਫੈਸ਼ਨ ਬਹੁਤ ਕਰੋ ਜੀ ਤੁਹਾਡੇ ਘਰ ਦੇ ਕੋਈ ਲੱਭਿਆ ਸੀਗਾ ਉਹ ਡਬਲ ਡੇਟ ਕਰ ਰਿਹਾ ਜੀ ਤੁਸੀਂ ਉਹਨੂੰ ਫੜ ਲਿਆ ਜੀ ਕਿਤੇ ਹੁਣ ਫੋਨ ਕਰਨਾ ਉਹਨੂੰ ਜੋ ਵੀ ਸੋਣਾ ਸ਼ਰਿਆਂ ਵੀ ਫੜ ਲਿਆ ਬਸ ਠੀਕ ਹੈ ਜੀ ਹਾਂਜੀ ਕੀ ਗੱਲ ਹੈ ਕਿਹਦੇ ਨਾਲ ਖੜੇ ਹੋ ਤੁਸੀਂ ਕੀ ਕਰ ਰਹੇ ਹੋ ਇੱਥੇ ਤੁਹਾਨੂੰ ਪਤਾ ਨਹੀਂ ਚੱਲਦਾ ਪਤਾ ਤਾਂ ਚੱਲ ਨਹੀਂ ਰਿਹਾ ਵੀ ਇਹ ਕਿੱਥੋਂ ਆ ਗਈ ਹੱਥ ਹੈ ਇੱਕ ਤਾਂ ਮੈਨੂੰ ਡੇਟ ਕਰਕੇ ਹੁਣ ਡਬਲ ਡੇਟ ਤੇ ਧਿਆਨ ਹੈ ਤੁਹਾਡਾ ਤੁਹਾਨੂੰ ਖੁਦ ਨੂੰ ਸ਼ਰਮ ਨਹੀਂ ਆਉਂਦੀ ਆਣੀ ਚਾਹੀਦੀ ਹੈ ਨਾ ਸ਼ਰਮ ਆਰ ਸ਼ਰਮ ਹੀ ਆ ਰਹੀ ਜੀ ਅਗਰ ਸ਼ਰਮ ਆ ਰਹੀ ਤੇ ਇੱਥੇ ਦੀ ਹਰਕਤਾਂ ਕਿਉਂ ਕਰਦੇ ਹੋ ਇਹਨੂੰ ਪੁੱਤ ਜਿਹੜੀ ਨਾਲ ਲੈ ਕੇ ਆਈ ਹੈ ਉਹਨੂੰ ਮੈਂ ਕੀ ਪੁੱਛ ਪੈ ਜਾ ਇਹਨੂੰ ਲੜ ਗਲਤੀ ਤੁਹਾਡੀ ਹੈ ਉਹਦੀ ਵੀ ਹੈ ਉਹਨੂੰ ਕਿਉਂ ਉਹਨੂੰ ਪੈ ਕਿਉਂ ਉਹਨੂੰ ਤੁਹਾਡਾ ਪੈਣਾ ਤੁਸੀਂ ਕਿਹੜਾ ਉਹਨੂੰ ਦੱਸਿਆ ਹੋਣਾ ਕਿ ਮੇਰੀ ਇੱਕ ਆਲਰੇਡੀ ਗਰਲਫ੍ਰੈਂਡ ਹੈ ਤੈਨੂੰ ਪਤਾ ਨਹੀਂ ਨਹੀਂ ਉਹਨੂੰ ਨਹੀਂ ਪਤਾ ਸੀ ਤੁਹਾਡੇ ਕਰਕੇ ਹੋਇਆ ਜੋ ਹੋਇਆ ਗਲਤੀ ਤਾਂ ਤੁਹਾਡੀ ਆ ਤੁਹਾਨੂੰ ਕੋਈ ਬੋਲਦੇ ਨਹੀਂ ਉਹਨਾਂ ਨੂੰ ਗੱਲ ਲਾਣੀ ਹੈ ਬੋਲਦੇ ਕਿਉਂ ਨਹੀਂ ਹੁਣ ਤੁਸੀਂ ਲੈ ਬੱਲੇ ਜਿਹੜਾ ਟੱਕਰ ਗਿਆ ਨਾ ਤੈਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੁਣਾਓ ਜੀ ਫਿਰ ਗੀਤ ਚਾਂਦ ਆਹੀ ਭਰੇਗਾ ਫੂਲ ਦਿਲ ਥਾਮ ਲੇਂਗੇ ਚਾਂਦ ਆਹੀ ਭਰੇਗਾ ਫੂਲ ਦਿਲ ਥਾਮ ਲੇਂਗੇ ਹੁਸਨ ਕੀ ਬਾਤ ਚਲੀ ਤੋ ਸਭ ਤੇਰਾ ਨਾਮ ਲੇਂਗੇ ਠੀਕ ਹੋ ਨਾ ਬਹੁਤ ਵਧੀਆ ਨਹੀਂ ਮੇਰੇ ਕੋ ਤਾਂ ਲਗਾ ਗਾਣੇ 'ਚ ਬਹੁਤ ਬਹੁਤ ਵਜਨ ਹੈ ਜੀ ਗਾਣਾ ਅਗਲਾ ਪੈਰਾ ਹੋਰ ਇੱਕ ਪੈਰਾ ਹੋਰ ਇਸੀ ਆਵਾਜ਼ 'ਚ ਇਸ ਐਸਾ ਚਿਹਰਾ ਹੈ ਤੇਰਾ ਜੈਸੇ ਰੋਸ਼ਨ ਸਵੇਰਾ ਜਿਸ ਜਗ੍ਹਾ ਤੂੰ ਨਹੀਂ ਹੈ ਉਸ ਜਗ੍ਹਾ ਹੈ ਅੰਧੇਰਾ ਕੈਸੇ ਫਿਰ ਚੈਨ ਤੁਝ ਬਿਨ ਤੇਰੇ ਬਦਨਾਮ ਲੇਂਗੇ
ਬਹੁਤ ਸੋਹਣੀ ਵੀਰੇ ਵਧੀਆ ਜੀ ਹਾਂਜੀ ਹਾਂਜੀ ਪੂਰੇ ਚੱਚ ਕੇ ਆਏ ਹੋ ਅੱਛਾ ਜੀ ਹਾਂਜੀ ਤੁਸੀਂ ਵੀ ਘੱਟ ਨਹੀਂ 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 ਮੈਂ ਤਾਂ ਚਲੋ ਠੀਕ ਹੈ ਜੀ ਮੈਂ ਮਹਿਮਾਨ ਜਨ ਕੀਤਾ ਅੱਛਾ ਮੈਂ ਵੀ ਨਹੀਂ ਕਰਦਾ ਜੀ ਹਾਏ 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 ਨਾ ਠੀਕ ਹੈ ਕੰਮ ਤੇ ਹੌਬੀਜ਼ ਹੌਬੀ ਸੀ ਆਪਣਾ ਬਸ ਗਾਣਾ ਜਿਹਾ ਗਾ ਲਈਦਾ ਸੀ ਗਾਣਾ ਜਿਹਾ ਗਾ ਲਈਦਾ ਹਾਂਜੀ ਫਿਰ ਗਾਣਾ ਜਿਹਾ ਗਾ ਕਿਉਂ ਗਾਣਾ ਨਹੀਂ ਨਾ ਜੀ ਆਉਂਦਾ ਫਿਰ ਗਾਣਾ ਜਿਹਾ ਗਾ ਲਈਦਾ ਹਾਂ ਜਿਹਾ 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 ਸੁਣਾਓ 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 ਵੀਰੇ ਸਾਡੀ ਕਿਸਮਤ ਵਿੱਚ ਨੇ ਪੰਜ ਧੰਦੇ ਪਹਿਲਾ ਧੂੜ ਧੁੱਪ ਤੇ ਤੱਕੇ ਨਹੀਂ ਚੌਥਾ ਧਰਤੀ ਮਾਂ ਨੂੰ ਪ੍ਰੇਮ ਕਰੀਏ ਪੰਜਵਾਂ ਧਰਮ ਦੇ ਅਸੀਂ ਪੱਕੇ ਨਹੀਂ ਉਹ ਛੱਡ ਖੈੜਾ ਇਸ ਗਰੀਬੜੇ ਦਾ ਪਿੱਛੋਂ ਪਛਤਾਉਣਾ ਪੈ ਜੂਗਾ ਜਦੋਂ ਸ਼ੈਂਪੂ ਛੱਡ ਕੇ ਲੱਸੀ ਦੇ ਨਾਲ ਕੇਸੀ ਨਾਉਣਾ ਪੈ ਜੂਗਾ ਉਹ ਜਦੋਂ ਸ਼ੈਂਪੂ ਛੱਡ ਕੇ ਲੱਸੀ ਦੇ ਨਾਲ ਕੇਸੀ ਨਾਉਣਾ ਪੈ ਜੂਗਾ ਉਹ ਸਾਡੀ ਕਿਸਮਤ ਵਿੱਚ ਤਾਂ ਕੁੜੀਏ ਨੀ ਬਸ ਧੂੜ ਧੁੱਪ ਤੇ ਧੱਕੇ ਨੀ ਜੇ ਛੱਡ ਜੇਗੀ ਤਾਂ ਬਚ ਜੇਗੀ ਨਹੀਂ ਤਾਂ ਤੇਰੀ ਵਿੱਚ ਵੀ ਪੱਕੇ ਨੀ ਉਹ ਨਾ ਕੋਠੀਆਂ ਨਾ ਸਾਡੇ ਕਾਰਾਂ ਨੀ ਸਾਡੇ ਹਿੱਸੇ ਵਕਤ ਦੀਆਂ ਮਾਰਾਂ ਨੀ ਤੂੰ ਵੀ ਕੋਸੇਗੀ ਕਿਸਮਤ ਨੂੰ ਜਦ ਚੋਣੀਆਂ ਪੈਣੀਆਂ ਤਾਰਾਂ ਨੀ ਉਹ ਸਾਡਾ ਪਿੰਡ ਹੀ ਸਾਨੂੰ ਸੁਰਗ ਜਿਹਾ ਸਾਡਾ ਪਿੰਡ ਹੀ ਸਾਨੂੰ ਸੁਰਗ ਜਿਹਾ ਸਾਡੇ ਖੇਤ ਹੀ ਸਾਨੂੰ ਮੱਕੇ ਨੇ ਉਹ ਸਾਡੀ ਕਿਸਮਤ ਵਿੱਚ ਤਾਂ ਕੁੜੀਏ ਨੀ ਬਸ ਧੂੜ ਧੁੱਪ ਤੇ ਧੱਕੇ ਨੇ ਜੇ ਛੱਡ ਜੇਗੀ ਤਾਂ ਬਚ ਜੇਗੀ ਨਹੀਂ ਤਾਂ ਤੇਰੀ ਵਿੱਚ ਵੀ ਪੱਕੇ ਨੇ ਸੋ ਲਓ ਜੀ ਗੱਲਾਂ ਪਤਾ ਕਰ ਲਈਆਂ ਫਨ ਕਰ ਲਿਆ ਡਾਂਸ ਵੀ ਤੁਹਾਨੂੰ ਦਿਖਾ ਤੇ ਬੋਲੀਆਂ ਵੀ ਪਾਈਆਂ ਟੱਪੇ ਵੀ ਪਾਏ ਟੀਚਰਸ ਨੇ ਅਤੇ ਅੱਜ ਨੂੰ ਰੱਸਾ ਦਿਖਿਆ ਅਤੇ ਮੈਂ ਇਹ ਗੇਮ ਸੋਚੀ ਵੀ ਇੱਕ ਪਾਸੇ ਟੀਚਰਸ ਹੋਣਗੇ ਇੱਕ ਪਾਸੇ ਹੋਣਗੇ ਟੀਚਰਸ ਅਤੇ ਇੱਕ ਪਾਸੇ ਕੁੜੀਆਂ ਹੋਣਗੀਆਂ ਅੱਠ ਟੀਚਰਸ ਹੋਣਗੇ ਅੱਠ ਕੁੜੀਆਂ ਹੋਣਗੀਆਂ ਇਹਨਾਂ ਦੇ ਵਿੱਚ ਮੁਕਾਬਲਾ ਹੋਊਗਾ ਰੱਸਾ ਕੱਸੀ ਦਾ ਸੋ ਠੀਕ ਹੈ ਨਾ ਜੀ ਮੁਕਾਬਲਾ ਵਧੀਆ ਹੈ ਸੋ ਦੇਖਦੇ ਹਾਂ ਜੀ ਕਿਹਦੇ ਵਿੱਚ ਵੱਧ ਜ਼ੋਰ ਹੈ ਇੱਕ ਪਾਸੇ ਮੈਡਮਾਂ ਇੱਕ ਪਾਸੇ ਕੁੜੀਆਂ ਦੇਖਦੇ ਹਾਂ ਵੀ ਬਣਦਾ ਕਿਹਦਾ ਕਲੈਰੀ ਮੋਰ ਹੈ ਰੱਸਾ ਕੱਸੀ ਦਾ ਮੁਕਾਬਲਾ ਤਿੰਨ ਦੋ ਇੱਕ ਲਓ ਜੀ ਜਿਹਨੇ ਜਿਹੜੇ ਜਿੱਤ ਗਏ ਨੇ ਇੱਧਰ ਖੜੇ ਨੇ ਬਹੁਤ ਜ਼ੋਰ ਲਾਇਆ ਜੀ ਤੁਸੀਂ ਆਹ ਖਾਓ ਜੀ ਆਪਣੀਆਂ ਚੋਕਲੇਟਾਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਡਾਂਸ ਸੀ ਜਿਹੜੇ ਪਹਿਲਾਂ ਦੇਖੇ ਸੀਗੇ ਉਹ ਹੋਰ ਸੀਗੇ ਅਤੇ ਹੁਣ ਇੱਕ ਭੰਗੜਾ ਰਹਿ ਗਿਆ ਜੀ ਸਾਡਾ ਅਖੀਰ ਦੇ ਵਿੱਚ ਸੋ ਰੱਸਾ ਕੱਸੀ ਮੁਕਾਬਲੇ ਤੋਂ ਬਾਅਦ ਇੱਥੋਂ ਦੇ ਸਟੂਡੈਂਟਸ ਦਾ ਅਸੀਂ ਦੇਖਦੇ ਹਾਂ ਜੀ ਭੰਗੜਾ ਸੋ ਲਓ ਜੀ ਪਹਿਲਾਂ ਸਪੈਸ਼ਲ ਡਿਮਾਂਡ 'ਤੇ ਗਿੱਧਾ ਸ਼ਾਨਦਾਰ ਗਿੱਧੇ ਤੋਂ ਬਾਅਦ ਹੁਣ ਵੇੜਾ ਹੋ ਚੁੱਕਿਆ ਜੀ ਡਾਂਸ ਹੀ ਕਰਨ ਦਾ
ਸੋ ਅੱਜ ਦਾ ਸਫ਼ਰ ਇੱਥੇ ਹੀ ਖਤਮ ਹੁੰਦਾ ਜੀ। ਅਗਲੇ ਹਫ਼ਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ। ਬਾਏ ਬਾਏ ਰਵਨੀਤ ਵੱਲੋਂ ਸ਼ੋਅ ਨੂੰ ਪਿਆਰ ਕਰਦੇ ਰਹੋ ਜੀ। ਟਾਟਾ। ਥੈਂਕਸ ਫੋਰ ਵਾਚਿੰਗ ਕੰਟੀਨਿਊ ਮੰਡੀਰ ਔਰ MH1 ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਅਗਲੇ ਸ਼ੋਅਜ਼ ਦੀ ਜਿਹੜੀ ਨੋਟੀਫਿਕੇਸ਼ਨ ਹੈਗੀ ਹੈ ਉਹ ਤੁਹਾਨੂੰ ਮਿਲਦੀ ਰਹੇ। ਥੈਂਕ ਯੂ ਸੋ ਮੱਚ।